ਪੰਜਾਬ ਪੁਲਿਸ ਹਮੇਸ਼ਾ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਚਾਹੇ ਫਿਰ ਉਹ ਵਧੀਆ ਕੰਮ ਹੋਣ ਜਾਂ ਫਿਰ ਬੁਰੇ। ਅਜਿਹਾ ਹੀ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਕਿ ASI ਨੇ ਸ਼ਰਾਬ ਪੀ ਕੇ ਗਲੀ ਵਿੱਚ ਅਵਾਰਾਗਰਦੀ ਕੀਤੀ ਅਤੇ ਲੋਕਾਂ ਨੇ ਇਹ ਵੀ ਆਰੋਪ ਲਗਾਏ ਨੇ ਕਿ ਉਸਨੇ ਘਰ ਅੰਦਰ ਦਾਖਲ ਹੋ ਕੇ ਔਰਤ ਨਾਲ ਛੇੜਛਾੜ ਵੀ ਕੀਤੀ ਹੈ। ਉੱਥੇ ਜਦੋਂ ਸੁਜਾਨਪੁਰ ਦੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮੁਲਾਜ਼ਮ ਸੁਜਾਨਪੁਰ ਥਾਣੇ ਦਾ ਨਹੀਂ ਹੈ ਅਤੇ ਹਾਲੇ ਤੱਕ ਕਿਸੇ ਔਰਤ ਵੱਲੋਂ ਛੇੜਛਾੜ ਦੀ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਗਈ ਹੈ। ਆਓ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਤੁਹਾਨੂੰ ਸ਼ਰਾਬੀ ASI ਦੀ ਵੀਡੀਓ। ਮੈਂ ਮਨੋਹਰ ਲਾਲ ਜੀ, ਮੈਂ ਤੁਹਾਡੇ ਚਾਚੇ ਦੀ ਡੈਥ ਅੱਜ ਹੀ ਹੋਈ ਹੈ ਜੀ ਸਵੇਰ ਦੀ। ਇਹ ASI ਕਹਿ ਰਿਹਾ ਸੀ, ਮੈਂ ASI ਹਾਂ ਸਿਆਂਪੁਰ ਥਾਣੇ ਦਾ, ਔਰ ਇਹ ਕਦੀ ਮੇਰੇ ਘਰ ਕਦੀ ਕਿਸੇ ਦੇ ਘਰ ਜਾ ਰਿਹਾ ਜੀ, ਔਰ ਮੇਰੇ ਪਰਿਵਾਰ ਇਕੱਲਾ ਮੇਰੀ ਮਿਸਿਜ ਘਰ ਸੀਗੀ, ਔਰ ਸਿੱਧਾ ਹੀ ਮੇਰੇ ਘਰ ਚਲੇ ਗਿਆ ਜੀ ਅੰਦਰ। ਅਸੀਂ ਉਹਨਾਂ ਦੇ ਘਰ ਬੈਠੇ ਸੀਗੇ, ਉਹ ਮੇਰੀ ਮਿਸਿਜ ਉੱਥੋਂ ਘਰੋਂ ਲੜਾਈ ਵੀ ਇਹ ਕੋਈ ਘਰ ਆ ਕੇ ਮੇਰਾ ਜ਼ਬਰਦਸਤੀ ਕਰ ਰਿਹਾ। ਇਹ ਅਸੀਂ ਮੈਂ ਗਿਆ ਅਤੇ ASI ਮੈਨੂੰ ਉਲਟਾ ਮੈਨੂੰ ਮਾਰਨ ਨੂੰ ਪੈ ਗਿਆ ਜੀ। ਫਿਰ ਇਹਨੂੰ ਅਸੀਂ ਬਾਹਰ ਕੱਢਿਆ ਜੀ, ਫਿਰ ਅਸੀਂ ਬਾਹਰ ਆ ਕੇ ਰੌਲਾ ਪਾਇਆ। ਉਹਨਾਂ ਨੂੰ ਸਾਡਾ MC ਪੁਰਾਣਾ MC ਵਰਿੰਦਰ ਕੁਮਾਰ ਜੀ, ਉਹਨਾਂ ਨੇ ਫਿਰ ਇਹਨਾਂ ਨੂੰ ਅਖਬਾਰ ਵਾਲਿਆਂ ਨੂੰ ਸੱਦ ਕੇ ਇਹਨਾਂ ਦੀ ਪੂਰੀ ਮੂਵੀ ਬਣਾਈ ਹੈ, ਇਹਨਾਂ ਦੀ ਮਿਹਰਬਾਨੀ ਕਰਕੇ ਕਾਰਵਾਈ ਕੀਤੀ ਜਾਵੇ। ਮੈਂ ਵਰਿੰਦਰ ਕੁਮਾਰ, XMC ਵਾਰਡ ਨੰਬਰ 7 ਤੋਂ। ਇਹ ਜੀ ਸੁਜਾਨਪੁਰ ਥਾਣੇ ਦਾ ਕਹਿੰਦਾ ਮੈਂ ASI ਹਾਂ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੰਦੋ ਕਦੀ ਉੱਧਰ ਫਿਰਦਾ ਪਿਆ ਸੀ, ਕਦੀ ਉੱਧਰ ਫਿਰਦਾ, ਕਦੀ ਕਿਸੇ ਦੇ ਘਰ ਵੜਦਾ ਪਿਆ। ਸਾਡੇ ਲਾਗੇ ਸਾਡੇ ਚਾਚਾ ਜੀ ਦੀ ਡੈਥ ਹੋਈ ਹੈ, ਇਹ ਕਦੀ ਕਿਸੇ ਦੇ ਘਰ ਵੜਦਾ ਫਿਰਦਾ, ਕਦੀ ਕਿਸੇ ਦਾ। ਜਦੋਂ ਇਹਦੇ ਮੋਟਰਸਾਈਕਲ ਦੀ ਪਲੇਟ ਦਾ ਨੰਬਰ ਦੇਖਿਆ, ਮੋਟਰਸਾਈਕਲ ਦਾ ਪਲੇਟ ਦਾ ਨੰਬਰ ਹੈ ਨਹੀਂ, ਇਹ ਲੋਕਾਂ ਦੇ ਚਲਾਨ ਕੱਟਦੇ ਫਿਰਦੇ ਹੁੰਦੇ, ਮੋਟਰਸਾਈਕਲ ਦੀਆਂ ਪਲੇਟਾਂ ਦਾ ਪਲੇਟ ਹੀ ਨਹੀਂ, ਅਤੇ ਅਸੀਂ ਕਿੱਥੇ ਕੰਪਲੇਂਟ ਕਰਦੇ ਹਾਂ। ਜਿਹੜੀ ਗੱਲ ਮੁਲਾਜ਼ਮ ਸੁਜਾਨਪੁਰ ਦੀ ਗੱਲ ਸੀ, ਉਹ ਮੁਲਾਜ਼ਮ ਸੁਜਾਨਪੁਰ ਦਾ ਨਹੀਂ ਸੀ, ਉਹ ਮੁਲਾਜ਼ਮ ਤਰਨ ਤਾਰਨ ਤੋਂ ਬਦਲ ਕੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਆਇਆ ਸੀ। ਮੈਨੂੰ ਪਤਾ ਲੱਗਾ ਸੀ ਵੀ ਉਸਨੇ ਸ਼ਰਾਬ ਪੀਤੀ ਹੈ, ਸ਼ਰਾਬ ਪੀ ਕੇ ਅਤੇ ਗਲੀਆਂ 'ਚ ਵਾਰਾ ਕਦੀ ਫਿਰਦਾ ਪਿਆ ਸੀ। ਲੇਕਿਨ ਮੇਰੇ ਜਾਣ ਤੋਂ ਪਹਿਲਾਂ ਉਹ ਉਸਨੂੰ ਕੋਈ ਵਿਅਕਤੀ ਆਪਣੇ ਨਾਲ ਲੈ ਗਿਆ ਸੀਗਾ, ਉਸ ਦਾ ਪੂਰਾ ਪਤਾ ਕਰਕੇ ਉਸ ਦੇ ਖਿਲਾਫ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ। ਸਰ, ਜਿਹੜਾ ਜਨਾਨੀ ਨੇ ਛੇੜਖਾਨੀ ਕੀਤੀ ਗਈ ਹੈਗੀ ਹੈ, ਕੀ ਕਹਿਣਾ ਉਹਦੇ? ਮੇਰੇ ਕੋਲ ਕਿਸੇ ਵੀ ਲੇਡੀ ਨੇ ਅਜੇ ਤੱਕ ਕੋਈ ਵੀ ਛੇੜਖਾਨੀ ਦੀ ਦਰਖਾਸਤ ਨਹੀਂ ਦਿੱਤੀ, ਨਾ ਹੀ ਕੋਈ ਲਿਖਤੀ ਕੰਪਲੇਂਟ, ਨਾ ਕੋਈ ਜ਼ਬਾਨੀ ਕੰਪਲੇਂਟ ਆਈ ਹੈ। ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।